ਜਿਹਨੇ ਮਿਹਨਤ ਕੀਤੀਆਂ ਨੂੰ ਕਰਨ ਨਹੀਂ ਦਿੱਤੇ ਜਿਹੜਾ ਗੱਬਰੂ ਆ ਬਈ ਉਹਨੂੰ ਤਾਂ ਗੋਲੀ ਨਾਲ ਮਾਰਤਾ ਜਿਹੜਾ ਬੁਢਾ ਹੈਗਾ ਉਹਨੂੰ ਵਿਆਹਤਾ ਗੱਲ ਆ ਕੋਈ ਇਹ ਓਏ ਅੱਕ ਚੱਬ ਹੀ ਲਿਆ ਤਾਂ ਲੋਕੋ ਕਾਹਨੂੰ ਪਛਤਾਉਂਦੇ ਟੀਕਿਆਂ ਤੇ ਸਾਰੀ ਦੁਨੀਆ ਹੋ ਗਈ ਬਈ ਜਵਾਨੀ ਰਹਿ ਗਈ ਕਿਸੇ ਤੇ ਬੱਚਾ ਨਹੀਂ ਜੰਮ ਹੁੰਦਾ ਵੋਟ ਲੈ ਲਈ ਆਪੋ ਆਪ ਦਾ ਘਰੇ ਜੀ ਜਿਹੜੇ ਵਾਦੇ ਕੀਤੇ ਸੀ ਕਿ ਚਾਰ ਹਫ਼ਤੇ ਚ ਨਸ਼ਾ ਬੰਦ ਕਰ ਦਾਂਗੇ ਬਾਰਡਰਾਂ ਤੋਂ ਨਸ਼ਾ ਕਿਵੇਂ ਪਾਰ ਹੋਈ ਜਾਂਦਾ ਕਿੱਥੋਂ ਹੁਣਾ ਦੇਸ਼ ਦਾ ਵਿਕਾਸ ਮਿੱਤਰੋ ਜਿੱਥੋਂ ਦੀਆਂ ਹੁਣ ਸਰਕਾਰਾਂ ਵਾਣੀਆਂ ਜੇ ਕੰਮ ਹੋ ਗਿਆ ਵੀ ਮੇਰੇ ਮੂੰਹ ਤੇ ਕਿ ਥੁੱਕ ਦੋ ਮੇਰਾ ਪਿੰਡ ਮੂਸਾ ਹੀ ਆ ਬਈ ਕੁਝ ਨਹੀਂ ਹੁੰਦਾ ਇੱਥੇ ਬਾਈ ਕੱਲੀਆਂ ਗੱਲਾਂ ਵਾਲੇ ਨੇ ਕੁਝ ਨਹੀਂ ਕਰ ਸਕਦੇ ਗੈਂਗਸਟਰਾਂ ਨੂੰ 20 20 ਤਾਂ ਸਕਿਉਰਿਟੀ ਗਾਰਡ ਦਿੱਤੇ ਆ ਵੀ ਕੋਈ ਆਂਚਨਾ ਜ ਨਾ ਜੀ ਸਾਨੂੰ ਕੋਈ ਬਦਲਾਅ ਨਹੀਂ ਮਿਲਿਆ ਜੀ ਪਹਿਲਾਂ ਵਧੀਆ ਸੀਗਾ ਚਲੋ ਚੰਗਾ ਸੀਆ ਇੱਥੇ ਕੋਈ ਨਹੀਂ ਕਿਸੇ ਦਾ ਕਰਦਾ ਜੀ ਵੋਟ ਲਾਈਨ ਦੇ ਤੱਕ ਮਤਲਬ ਇੱਥੇ ਸਭ ਨੂੰ ਵੋਟ ਲੈ ਲਈ ਆਪੋ ਆਪ ਦਾ ਘਰੇ ਜੀ ਜਿਹੜੇ ਵਾਦੇ ਕੀਤੇ ਸੀਗੇ ਕਿ ਚਾਰ ਹਫ਼ਤੇ ਚ ਨਸ਼ਾ ਬੰਦ ਕਰ ਦਾਂਗੇ ਬਾਰਡਰਾਂ ਤੋਂ ਨਸ਼ਾ ਕਿਵੇਂ ਪਾਰ ਹੋਈ ਜਾਂਦਾ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਚਾਰ ਹਫ਼ਤੇ ਚ ਨਸ਼ਾ ਬੰਦ ਕਰਦੇ ਸੀਗੇ ਇਹ ਤਾਂ 5 ਸਾਲ ਹੋ ਗਏ 5 ਸਾਲ ਕੈਪਟਨ ਰਾਜ ਕਰ ਗਿਆ ਹੁਣ ਭਗਵੰਤ ਮਾਨ ਆ ਗਿਆ ਇਹਨਾਂ ਨੇ ਕੀ ਕਰਤਾ ਬਾਈ ਦੱਸੋ ਇੱਕ ਕੰਮ ਦੱਸ ਦੋ ਵੀ ਚੰਗਾ ਕਰਤਾ ਹੋਵੇ ਹਜ਼ਾਰ ਹਜ਼ਾਰ ਕਹਿੰਦੇ ਬੁੜੀਆਂ ਦੇ ਖਾਤੇ ਚ ਪਾਵਾਂਗੇ ਹਜੇ ਤੱਕ ਕੋਈ ਨਹੀਂ ਆਇਆ ਬਾਈ ਕਿੱਥੇ ਆ ਬਈ 6-7 ਮਹੀਨੇ ਹੋਏ ਆ ਕਹਿੰਦੇ ਸਾਨੂੰ ਹਜੇ ਹੋਰ ਸਮਾਂ ਚਾਹੀਦਾ ਨਸ਼ਾ ਬੰਦ ਕਰਨ ਵਾਸਤੇ ਸਮਾਂ ਤਾਂ ਬਈ ਉਹਨਾਂ ਨੂੰ ਵੀ ਬਹੁਤ ਦਿੱਤਾ ਸੀ 5 ਸਾਲ ਤਾਂ ਉਹਨਾਂ ਨੂੰ ਵੀ ਦਿੱਤੇ ਐਨਾ ਨਹੀਂ ਹੁੰਦਾ ਬਈ ਸਮਾਂ ਦੇਖੋ ਹੁਣ ਲੋਕ ਤਾਂ ਮਰੀ ਜਾਂਦੇ ਆ ਕਿ ਡੱਗੀਆਂ ਚ ਪਏ ਨੇ ਕਿ ਚਿੱਟੇ ਨਾਲ ਖਾ ਖਾ ਕੇ ਚਿੱਟਾ ਲਾ ਲਾ ਕੇ ਚਿੱਟਾ ਟੀਕਿਆਂ ਤੇ ਸਾਰੀ ਦੁਨੀਆ ਹੋ ਗਈ ਬਈ ਜਵਾਨੀ ਰਹਿ ਗਈ ਕਿਸੇ ਤੇ ਬੱਚਾ ਨਹੀਂ ਜੰਮ ਹੁੰਦਾ ਕਿਸੇ ਤੋਂ ਬੱਚਾ ਨਹੀਂ ਜੰਮ ਹੁੰਦਾ ਅੱਜ ਬਈ ਗੈਂਗਸਟਰ ਤੁਸੀਂ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਅਸੀਂ ਦੇਖ ਵੀ ਰਹੇ ਆ ਥਾਪੜੀਆਂ ਦਿੱਤੀਆਂ ਜਾ ਰਹੀਆਂ ਜਾਂ ਹੋਰ ਆ ਜਿਹੜੇ ਬਲਕੌਰ ਸਿੱਧੂ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਖਾਚਾ ਜ਼ਾਹਿਰ ਕੀਤਾ ਸੀਗਾ ਕਿ ਕਿਸ ਤਰ੍ਹਾਂ ਉਹਨਾਂ ਦਾ ਤਾਂ ਘਰ ਉੱਜੜ ਗਿਆ ਤੇ ਜਿਹੜੇ ਉਹ ਮਖੌਲਾਂ ਕਰਦੇ ਦੇਖੇ ਜਾ ਰਹੇ ਆ ਜਾਂ ਗੈਂਗਸਟਰਾਂ ਨੂੰ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ ਇਹ ਜਿਹੜਾ ਸਾਰਾ ਦੌਰ ਆ ਜਾਂ ਇਸ ਤੋਂ ਇਲਾਵਾ ਆਪਾਂ ਹੋਰ ਸਮਝੀਏ ਜਿਹੜੇ ਗੈਂਗਸਟਰਵਾਦ ਨੂੰ ਇਹ ਖਤਮ ਕਰਨ ਦੀ ਗੱਲ ਕਰਦੇ ਸੀਗੇ ਅੱਜ ਢੱਲੇ ਨਾਲੋਂ ਪੋਸਟਾਂ ਪਾ ਰਹੇ ਆ ਕਿ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਤਨਖਾਹਾਂ ਦੇਵਾਂਗੇ ਸਾਡੀ ਆਰਮੀ ਚ ਸਾਡੀ ਫੌਜ ਚ ਸ਼ਾਮਲ ਹੋਵੋ ਕੀ ਸਰਕਾਰ ਉਹਨਾਂ ਨੂੰ ਰੋਕਣ ਚ ਸਮਰਥ ਹੈ ਨਹੀਂ ਕਿ ਰੋਕਣਾ ਨਹੀਂ ਚਾਹੁੰਦੀ ਭਾਈ ਇਹ ਤਾਂ ਸਭ ਗੱਲਾਂ ਨੇ ਤੁਸੀਂ ਵੀ ਇੱਥੋਂ ਮੈਂ ਵੀ ਇੱਥੇ ਆ ਕਿ ਸਾਰੀ ਦੁਨੀਆ ਇੱਥੇ ਆ ਸਾਰੀ ਦੁਨੀਆ ਇੰਟਰਵਿਊ ਦੇਖ ਰਹੀ ਹੈ ਜੇ ਕੰਮ ਹੋ ਗਿਆ ਭਾਈ ਮੇਰੇ ਮੂੰਹ ਤੇ ਇੱਕ ਥੁੱਕ ਦਿਓ ਮੇਰਾ ਪਿੰਡ ਮੂਸਾ ਹੀ ਆ ਭਈ ਕੁਝ ਨਹੀਂ ਹੁੰਦਾ ਇੱਥੇ ਭਾਈ ਕੱਲੀਆਂ ਗੱਲਾਂ ਵਾਲੇ ਨੇ ਕੁਝ ਨਹੀਂ ਕਰ ਸਕਦੇ ਗੈਂਗਸਟਰਾਂ ਨੂੰ 20 20 ਤਾਂ ਸਕਿਉਰਿਟੀ ਗਾਰਡ ਦਿੱਤੇ ਆ ਵੀ ਕੋਈ ਆਂਚਨਾ ਜੀ 20 20 ਨਾਲ ਤੁਰਦੇ ਨੇਗੇ ਉਹਦੇ ਵੀ ਕੋਈ ਇੱਧਰ ਉੱਧਰ ਨਾ ਕਰਦੇ ਸਿੱਧੂ ਦੇ ਨਾਲ ਚਾਰ ਸਕਿਉਰਿਟੀ ਗਾਰਡ ਸੀ ਉਹ ਪੈਸੇ ਦਿੰਦਾ ਸੀ ਭਾਈ ਉਹ ਵੀ ਖੋਲੇ ਉਹ ਕਾਦੇ ਵਾਸਤੇ ਖੋਲੇ ਵੀ ਉਹ ਦੱਸੋ ਉਹ ਤਾਂ ਲੈ ਬਈ ਚਲੋ ਠੀਕ ਆ ਉਹਦੇ ਕੋਈ ਜਸਟੀਫਿਕੇਸ਼ਨ ਜਾਂ ਕੋਈ ਵੀ ਸਫਾਈ ਦੇ ਸਕਦੇ ਆ ਪਰ ਜਿਨ੍ਹਾਂ ਨੇ ਸੂਚੀਆਂ ਜਾਹਰ ਕੀਤੀਆਂ ਵੀ ਉਹਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਈ ਆ ਉਹ ਕਿੱਡਾ ਵੱਡਾ ਕਾਰਨ ਸੀਗਾ ਉਹਦੀ ਮੌਤ ਦਾ ਵੀ ਆਪਾਂ ਮੰਨ ਸਕਦੇ ਆ ਉਸ ਤੋਂ ਬਾਅਦ ਮਗਰੋਂ ਹੀ ਹੋ ਗਿਆ ਤੁਹਾਨੂੰ ਨਹੀਂ ਲੱਗਦਾ ਉਹ ਕਿਹਨੇ ਸੂਚੀਆਂ ਜਾਹਰ ਕੀਤੀਆਂ ਉਹ ਜਨਤਕ ਕਰਨਾ ਚਾਹੀਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਬਈ ਸਭ ਨੂੰ ਫੇਮ ਚਾਹੀਦਾ ਉਹਨਾਂ ਨੇ ਕਹਿਤਾ ਵੀ ਸਿਕਿਉਰਿਟੀ ਵਾਪਸ ਲੈਣੀ ਆ ਪੱਤਰਕਾਰਾਂ ਨੇ ਦੇ ਤਰੇ ਦੀ ਲੈ ਤਰੇ ਦੀ ਹਰ ਇੱਕ ਤੇ ਕਹਿਤਾ ਵੀ ਹਾਂ ਆਪ ਸਿਕਿਉਰਿਟੀ ਵਾਪਸ ਲੈ ਲਈ ਸਿੱਧੂ ਦੀ ਉਹ ਹੋ ਗਿਆ ਜਾਦ ਵੇ ਕੱਲਾ ਰਹਿ ਗਿਆ ਸਿੱਧੂ ਉਹਨਾਂ ਨੂੰ ਮੌਕਾ ਮਿਲ ਗਿਆ ਭਾਈ ਜੇ ਤੁਸੀਂ ਜੇ ਪੱਤਰਕਾਰ ਨਾ ਪਾਉਂਦੇ ਨਾ ਬਚ ਜਾਂਦਾ ਸ਼ਾਇਦ ਮੇਰਾ ਵੀਰਾ ਬਚ ਜਾਂਦਾ ਭਾਈ ਉਹਨਾਂ ਕਾਰਾਂ ਦੀ ਵੀ ਤੁਸੀਂ ਇਹ ਨਿਕਾਨ ਦੇਖਦੇ ਹੋ ਨਾ ਲਾਇਕੀ ਦੇਖਦੇ ਹੋ ਵੀ ਹਰ ਚੀਜ਼ ਜਿਹੜੀ ਉਹ ਆ ਜਿਨੇ ਵੀ ਮੀਡੀਆ ਨੇ ਕੀਤਾ ਹੈ ਭਾਈ ਇਹ ਤਾਂ ਗੱਲ ਇਹ ਹੈ ਕਿ ਸਭ ਨੂੰ ਫੇਮ ਚਾਹੀਦਾ ਪੈਸਾ ਚਾਹੀਦਾ ਪੈਸੇ ਤੱਕ ਮਤਲਬ ਆ ਭਾਈ ਜਿਨੇ ਮਿਹਨਤ ਕੀਤੀਆਂ ਨੂੰ ਕਰਨ ਨਹੀਂ ਦਿੱਤੇ ਜਿਹੜਾ ਗੱਬਰੂ ਆ ਭਾਈ ਉਹਨੂੰ ਤਾਂ ਗੋਲੀ ਨਾਲ ਮਾਰਤਾ ਜਿਹੜਾ ਬੁਢਾ ਹੈਗਾ ਉਹਨੂੰ ਵਹਿਤਾ ਗੱਲ ਆ ਕੋਈ ਇਹ ਸੋਚਣਾ ਚਾਹੀਦਾ ਦੁਨੀਆ ਨੂੰ ਇੱਥੇ ਆਉਂਦੇ ਨੇ ਸਾਰੇ ਪਿਕਨਿਕ ਮਨਾਉਣ ਆਉਂਦੇ ਆ ਬਈ ਮੈਂ ਸਿੱਧੀ ਗੱਲ ਕਹਿਣਾ ਫੋਟੋਆਂ ਖੇਚ ਲੀਆਂ ਕੋਠੀ ਕੋਲੇ ਰੀਲ ਬਣਾਤੀ ਹੈ ਕਿਸੇ ਨੇ ਇਨਸਾਫ ਦੀ ਗੱਲ ਕੀਤੀ ਹੈ ਕੋਈ ਨਹੀਂ ਕਰਦਾ ਬਈ ਸਭ ਫੇਮ ਭਾਲਦੇ ਆ ਮੈਂ ਕਹਿਣਾਗਾ ਮੈਂ ਤੁਹਾਡੇ ਨਾਲ ਇੰਟਰਵਿਊ ਦੇਈ ਜਾਣਾ ਵੀ ਮੈਂ ਫੇਮਸ ਹੋ ਜਾਵਾਂ ਇਹੋ ਜਿਹਾ ਬਾਹ ਹੋ ਜਾਵਾਂ ਮੈਨੂੰ ਕੋਈ ਲਾਲਚ ਨਹੀਂ ਹੈਗਾ ਕਾਸੀਦਾ ਲਾਲਚ ਨੇਗਾ ਮੈਨੂੰ ਐ ਚਾਹੀਦਾ ਵੀ ਦੁਨੀਆ ਅੱਜ ਵੀ ਐ ਕਹੇ ਵੀ ਸਿੱਧੂ ਨੂੰ ਇਨਸਾਫ ਦੇਣਾ ਚਾਹੀਦਾ ਬਈ ਇਨਸਾਫ ਦੀ ਹੀ ਗੱਲ ਕਰਦੇ ਆ ਬਈ ਜੈਨੀ ਜੋਹਲ ਦਾ ਇੱਕ ਗੀਤ ਆ ਬੜੀ ਦਲੇਰੀ ਵੀ ਦਿਖਾਈ ਆ ਕੁੜੀ ਨੇ ਜਿਹੜੀਆਂ ਗੱਲਾਂ ਸਿਕਿਉਰਿਟੀ ਦੀ ਵੀ ਗੱਲ ਕੀਤੀ ਆ ਉਹ ਚਲੋ ਕੋਈ ਕਾਪੀ ਰਾਈਟ ਕਾਰਨਾ ਕਰਕੇ ਡਿਲੀਟ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਬਲਕਿ ਉਹ ਸਿੱਧੂ ਹੋਰਾਂ ਨੇ ਵੀ ਜ਼ਿਕਰ ਕੀਤਾ ਕਿ ਐਸਐਸਪੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਜੇ ਕੋਈ ਅੱਜ ਸੱਚ ਬੋਲਦਾ ਉਹਦੇ ਤੇ ਵੀ ਫਿਰ ਧਮਕੀਆਂ ਨੇ ਉਹਨੂੰ ਬਈ ਤਾਂ ਅਮ ਕਿਤੇ ਕਦਨ ਸੇ ਦੋ ਵਾਂਗੂ ਜੇ ਮੈਂ ਬਈ ਸਿੱਧੂ ਕਹਿੰਦਾ ਸੀ ਇੱਕ ਦਿਨ ਸਭ ਨੇ ਜਾਣਾ ਬਈ ਕੋਈ ਗੋਲੀ ਨਾ ਮਾਰ ਦੂਆ ਕੋਈ ਆਪ ਮਰ ਜੂਆ ਕੋਈ ਆਤਮ ਹੱਤਿਆ ਕਰ ਦੂਆ ਕੋਈ ਅਚਾਨਕ ਚੱਕ ਮਰ ਜੂਆ ਜਾਣਾ ਸਭ ਨੇ ਬਈ ਸੱਚ ਦੇ ਥਰੂ ਆਉਣਾ ਤੁਸੀਂ ਜੇ ਮਰਨਾ ਹੀ ਆ ਵੀ ਕੋਈ ਜਾਦਵੀ ਕਰੇ ਵੀ ਬੰਦੇ ਨੇ ਸੱਚ ਬੋਲਿਆ ਸੀ ਸਿੱਧੂ ਵਾਂਗੂ ਆ ਲੱਗ ਰੀਆ ਸਮਾਦ ਤੇ ਫੁੱਟ ਇਹਨੂੰ ਯਾਦ ਕਰਦੇ ਲੋਕ ਆਉਂਦੇ ਆ ਦੂਰੋ ਦੂਰੋ ਦੇਖਣ ਵੀ ਹਾਂ ਵੀ ਸੱਚ ਦਾ ਪ੍ਰਤੀਕ ਸੀਗਾ ਜੇ ਸੱਚ ਬੋਲਾਂਗੇ ਕੋਈ ਜਾਦਵੀ ਕਰੂਗਾ ਜੇ ਝੂਠ ਬੋਲਾਂਗੇ ਜਿਵੇਂ ਬੋਲੇ ਵਾਂਗੂ ਤਰੇ ਫਿਰਾਂਗੇ ਆਪਣਾ ਕੋਈ ਨਾਮ ਨਹੀਂ ਰਹਿੰਦਾ ਬਈ ਸਭ ਨੂੰ ਫੇਮ ਚ ਚਾਉਨੇ ਆ ਵੀ ਆਪਾਂ ਦੀ ਤਰੱਕੀ ਹੋਵੇ ਪਰ ਉਹ ਤਰੱਕੀ ਨਹੀਂ ਮੈਨੂੰ ਚਾਹੀਦੀ ਬਸ ਮੈਨੂੰ ਐ ਚਾਹੀਦਾ ਜਿਹੜੇ ਲੋਕ ਮੇਰੇ ਨਾਲ ਜੁੜਨ ਬਸ ਸਿੱਧੂ ਦਾ ਇਨਸਾਫ ਮੰਗਣ ਭਈਓ ਕੁੜੀਆਂ ਨੇ ਤਾਂ ਦਲੇਰੀ ਦਿਖਾਈ ਆ ਚਲੋ ਹਣ ਆਪਾਂ ਦੇਖਦੇ ਆਂਗੇ ਉਹ ਰਪਿੰਦਰ ਹਾਂਡਾ ਵੀ ਆ ਕੇ ਖੜਦੀ ਰਹੀ ਆ ਤੇ ਉਹਨੇ ਵੀ ਸਿੱਧੀ ਸਰਕਾਰ ਨੂੰ ਚੁਣੌਤੀ ਵਜੋਂ ਵੀ ਇਨਸਾਫ ਦੀ ਮੰਗ ਕੀਤੀ ਆ ਪਰ ਜਿਹੜੇ ਆਪਾਂ ਅੱਜ ਕੱਲ ਕਲਾਕਾਰ ਵੀ ਦੇਖਦੇ ਆਂ ਬੜੇ ਦਮਗਜੇ ਮਾਰਦੇ ਆ ਮੇਰੇ ਕੋਲੇ ਫਲਾਨਾ ਹਥਿਆਰ ਆ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਤੇ ਅੱਜ ਇਨਸਾਫ ਵਾਸਤੇ ਕਿਉਂ ਨਹੀਂ ਆਏ ਜਦੋਂ ਕਤਲ ਹੋ ਜਾਂਦਾ ਸਿਰਫ ਹੱਥ ਜੋੜ ਕੇ ਰੈਸਟ ਇਨ ਪੀਸ ਜਾਂ ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਸਰਜੂਗਾ ਬਾਈ ਇਹ ਤਾਂ ਸਭ ਗੱਲਾਂ ਨੇ ਠੀਕ ਹੈ ਉਹ ਤਾਂ ਐ ਕਰ ਦੂੰ ਬਾਹ ਕਰ ਦੂੰ ਗੀਤਾਂ ਚ ਗਾਣਾ ਕੁਝ ਨਹੀਂ ਬਣਦਾ ਬਾਈ ਉਹ ਤਾਂ ਨੱਕ ਲਈ ਹਥਿਆਰ ਨੇ ਚੱਲ ਅਸਲੀ ਵੀ ਨੇ ਐ ਦਿਖਾ ਕੇ ਡਰਾ ਦਿੰਦੇ ਵੀ ਐ ਕਰ ਦੂੰ ਬਾਹ ਕਰ ਦੂੰ ਆ ਜੱਟਾਂ ਦੀ ਜਮੀਨਾ ਚਾਕੇ ਦੇਖੋ ਬਾਈ ਜੱਟਾਂ ਐ ਕਰ ਦੂ ਬਾਹ ਕਰ ਦੂ ਫਾਂਸੀ ਨਾ ਮਰੀ ਜਾਂਦਾ ਕਿਸੇ ਤੇ ਕਰਜ਼ਾ ਚੜਿਆ ਪਿਆ ਕਿਸੇ ਦੀ ਫਸਲ ਡੁੱਬ ਗਈ ਕਿਸੇ ਦੀ ਫਸਲ ਮੱਚ ਗਈ ਕਣ ਕਣ ਸੀ ਗਿਆ ਪਿਛਲੀ ਵਾਰ ਕਿੰਨੀਆਂ ਮੱਚੀਆਂ ਕਿੰਨਾ ਘਾਟਾ ਖਾਦਾ ਇੱਕ ਬੰਦਾ ਸੀਗਾ ਸੰਗਰੂਰ ਦਾ ਉਹਨੇ ਕੁੜੀ ਦਾ ਵਿਆਹ ਕਰਨਾ ਸੀਗਾ ਫਸਲ ਵੇਚ ਕੇ ਉਹਦੀ ਫਸਲ ਮੱਚ ਗਈ ਉਹ ਉਹ ਜੱਟਾਂ ਬਾਰੇ ਵੀ ਕੁਝ ਲਿਖੋ ਨਾ ਜਿਵੇਂ ਰੰਮੀ ਰੰਦਾਵਾ ਬਚਾਰਾ ਬਾਈ ਉਹ ਗਾਉਂਦਾਗਾ ਗੀਤ ਸੱਚ ਦੇ ਤਰੀਕਾਉਂਦਾਗਾ ਤੇ ਇਤਿਹਾਸ ਤੇ ਗਾਉਂਦਾਗਾ ਬਾਈ ਆਪਾਂ ਵੀ ਉਵੇਂ ਹੀ ਲਿਖਦੇ ਆਂਗੇ ਜੇ ਕੋਈ ਇਤਿਹਾਸ ਤੇ ਮੈਨੂੰ ਗੀਤ ਮੈਥੋਂ ਗੀਤ ਮਾ ਦੇ ਮੈਂ ਗੀਤ ਵੀ ਦਊਂਗਾ ਬਾਈ ਇੱਕ ਮੈਨੂੰ ਹੈਡਲਾਈਨ ਮਿਲ ਜਾਏ ਮੈਂ ਗੀਤ ਲਿਖ ਦਿੰਦਾ ਆਪਾਂ ਏ ਭਾਈ ਕਲਾ ਦਾ ਤੁਸੀਂ ਮੰਨਦੇ ਹੋ ਇੱਕ ਫਰਜ਼ ਵੀ ਹੁੰਦਾ ਹੈ ਵੀ ਕਲਾ ਚਲੋ ਆਪਾਂ ਕਹਿ ਦਿੰਨੇ ਆ ਵੀ ਮਨੋਰੰਜਨ ਦੇ ਤੌਰ ਤੇ ਆ ਪਰ ਕਲਾ ਦਾ ਇੱਕ ਫਰਜ਼ ਇਹ ਵੀ ਹੁੰਦਾ ਸਮਾਜ ਨੂੰ ਸ਼ੀਸ਼ਾ ਵੀ ਦਿਖਾਉਣਾ ਹੁੰਦਾ ਉਹ ਜੋ ਕਈ ਨੌਜਵਾਨੀ ਨੂੰ ਵੀ ਅਵੇਸਲੀ ਆ ਜਾਂ ਕਲਾਕਾਰ ਖੁੰਝ ਰਹੇ ਆ ਉਸ ਗੱਲ ਤੋਂ ਦੇਖ ਰਹੇ ਹੋ ਤੁਸੀਂ ਭਾਈ ਕਲਾ ਸਭ ਨੂੰ ਦਿੱਤੀ ਰੱਬ ਨੇ ਪਛਾਣ ਦੀ ਕੋਸ਼ਿਸ਼ ਨਹੀਂ ਕਰਦਾ ਬੰਦਾ ਕਿਸੇ ਨੂੰ ਕਲਾ ਕਾਸੇ ਦਿੱਤੀ ਕਿਸੇ ਨੂੰ ਹਥਿਆਰ ਦੇ ਦਿੱਤੇ ਐਂ ਕੀਤਾ ਬਾਹ ਕੀਤਾ ਸਭ ਨੂੰ ਕਲਾ ਦਿੱਤੀ ਹੈ ਜਿਹੜਾ ਬੰਦਾ ਆਪਣੀ ਕਲਾ ਨੂੰ ਸਮਝ ਗਿਆ ਤਾਂ ਪਾਰ ਹੋ ਗਿਆ ਬਾਈ ਜਿਹੜਾ ਨਹੀਂ ਸਮਝਿਆ ਤਾਂ ਇੱਥੇ ਖਾਤਮਾ ਮਿੱਟੀ ਦੀ ਢੇਰੀ ਆ ਸਭ ਨੇ ਜਾਣਾ ਇੱਥੋਂ ਕੁਝ ਨਹੀਂ ਬਣ ਸਕਦਾ ਉਹਦਾ ਸਮਾਗ ਨੂੰ ਕੌਣ ਕਰਦਾ ਬਾਈ ਕਿੱਥੋਂ ਹੁਣਾ ਦੇਸ਼ ਦਾ ਵਿਕਾਸ ਮਿੱਤਰੋ ਜਿੱਥੋਂ ਦੀਆਂ ਹੁਣ ਸਰਕਾਰਾਂ ਮਹਣੀਆਂ ਕਿੱਥੋਂ ਹੁਣਾ ਦੇਸ਼ ਦਾ ਵਿਕਾਸ ਮਿੱਤਰੋ ਜਿੱਥੋਂ ਦੀਆਂ ਹੁਣ ਸਰਕਾਰਾਂ ਮਹਣੀਆਂ ਉਹ ਸਾਡਾ ਪਾਣੀ ਵੇਚ ਵੇਚ ਆਪ ਖਾਈ ਜਾਂਦੇ ਆ ਦੇਸ਼ ਉੱਤੇ ਕਰਜ਼ਾ ਚੜਾਈ ਜਾਂਦੇ ਆ ਹਲੇ ਕਹਿੰਦੇ ਅੱਖ ਜਾਣੇ ਚ ਘਟੌਤੀ ਪੈ ਗਈ ਹਰ ਚੀਜ਼ ਉੱਤੇ ਦੁਨੇ ਰੱਟ ਲਾਈ ਜਾਂਦੇ ਆ ਓਏ ਅੱਖ ਚਬ ਹੀ ਲਿਆ ਤਾਂ ਲੋਕੋ ਕਾਹਨੂੰ ਪਛਤਾਉਂਦੇ ਕੱਚਾ ਬਹੀ ਲਿਆਤਾ ਲੋਕੋ ਕਾਹਨੂੰ ਪਛਤਾਉਂਦੇ ਪਹਿਲਾਂ ਜਿੱਤੇ ਉੱਤੇ ਬਣੀਆਂ ਲਾਈਆਂ ਸੀ ਤਾੜੀਆਂ ਕਿੱਥੋਂ ਹੁਣਾ ਦੇਸ਼ ਦਾ ਵਿਕਾਸ ਮਿੱਤਰੋ ਜਿੱਥੋਂ ਦੀਆਂ ਹੁਣ ਸਰਕਾਰਾਂ ਵਹਣੀਆਂ ਕਿੱਥੋਂ ਹੁਣਾ ਦੇਸ਼ ਦਾ ਵਿਕਾਸ ਮਿੱਤਰੋ ਜਿੱਥੋਂ ਦੀਆਂ ਹੁਣ ਸਰਕਾਰਾਂ ਵਹੜੀਆਂ ਉਹ ਦੀਪ ਸੰਦੀਪ ਸਿੱਧੂ ਮਾਰਿਆ ਗਿਆ ਏਜੰਸੀਆਂ ਦੀ ਸੂਲੀ ਆ ਰੋ ਚੜ ਆ ਗਿਆ ਹਰੇ ਦਿਨਦੇ ਅਸਫਾਈਆਂ ਕਰ ਆਣ ਆਣ ਕੇ ਕਹਿੰਦੇ ਮੁਜਰਮ ਹਲੇ ਤਾੜ ਆ ਗਿਆ ਉਹ ਗੁੰਡਿਆਂ ਨੂੰ ਜੇਲਾ ਚ ਸਪੋਟਾ ਹੋ ਗਈਆ ਉਹ ਗੁੰਡਿਆਂ ਨੂੰ ਜੇਲਾ ਚ ਸਪੋਰਟਾਂ ਹੋ ਗਈਆਂ ਚੰਗੇ ਬੰਦਿਆਂ ਨੂੰ ਦੁਨੀਆ ਨੇ ਲੱਤਾਂ ਮਾਰੀਆਂ ਕਿੱਥੋਂ ਹੁਣਾਂ ਦੇਸ਼ ਦਾ ਵਿਕਾਸ ਮਿੱਤਰੋ ਜਿੱਥੋਂ ਦੀਆਂ ਹੁਣ ਸਰਕਾਰਾਂ ਮਹਣੀਆਂ ਕਿੱਥੋਂ ਹੁਣਾਂ ਦੇਸ਼ ਦਾ ਵਿਕਾਸ ਮਿੱਤਰੋ ਜਿੱਥੋਂ ਦੀਆਂ ਹੁਣ ਸਰਕਾਰਾਂ ਮਹਣੀਆਂ